ਕਣਕ ਵੱਢ ਰਹੇ ਨੇ ਆ ਜੀਰੀ ਵੱਢ ਰਹੇ ਨੇ ਕਿਸਾਨ ਕੰਪੈਨ ਨਾਲ ਉਹਦੇ ਮਗਰ ਕਹਿੰਦੇ SMS ਨਹੀਂ ਲੱਗਿਆ ਹੋਇਆ ਉਹ ਆ ਕੇ ਮਸ਼ੀਨ ਨੂੰ ਫੜ ਲੈਂਦੇ ਨੇ ਚਿੱਟਾ ਨਹੀਂ ਵੇਚਦੇ ਨਾ ਦਾਰੂ ਵੇਚਦੇ ਨੇ ਨਾ ਭੁੱਕੀ ਵੇਚਦੇ ਨੇ ਜੀਰੀ ਵੱਢ ਰਹੇ ਹਾਂ ਆਪਦੀ ਆਪਦੀ ਜੀਰੀ ਵੱਢਦੀ ਮਸ਼ੀਨ ਆ ਅਧਿਕਾਰੀ ਅਸੀਂ ਘੇਰੇ ਨੇ ਉਰੇ ਇਹ ਨਿਦਾਮਪੁਰ ਪਿੰਡ ਹੈ ਰਾਜਪੁਰ ਹੈ ਜੇ ਕਿਸਾਨੋ ਤੁਸੀਂ ਲੋਕੋ ਬਾਹਰ ਨਾ ਨਿਕਲੇ ਆਹ ਹਾਲਤਾਂ ਨੇ ਬਣਾਈਆਂ ਹੋਈਆਂ ਪ੍ਰਸ਼ਾਸਨ ਦੀਆਂ ਇਤਕੀ ਕਈ ਕਈ ਟੀਮਾਂ ਬਣੀਆਂ ਇਹਨਾਂ ਵਾਲਾ ਵੱਖ ਵੱਖ ਮਹਿਕਮੇ 'ਚ ਅਸੀਂ ਧਰਨੇ 'ਚੋਂ ਜਾਂਦੇ ਸੀਗੇ ਮੁੜ ਕੇ ਆਇਆ ਭਵਾਨੀਗੜ੍ਹ ਤੋਂ ਮੈਂ ਤੇ ਹਰਜੀਤ ਕਿਹੜੀ ਜਗ੍ਹਾ ਜੀ ਇਹ ਜਗ੍ਹਾ ਕਿਹੜੀ ਹੈ ਇਹ ਨਿਦਾਮਪੁਰ ਪਿੰਡ ਹੈ ਅਤੇ ਰਾਜਪੁਰਾ ਰਾਜਪੁਰੇ ਦੀ ਜ਼ਮੀਨ ਹੈ ਕੀ ਕਰਿਆ ਇਹਨੇ ਮਸ਼ੀਨ ਦੀਆਂ ਕੀ ਕਰਿਆ ਮਸ਼ੀਨ ਦੀਆਂ ਚਾਬੀਆਂ ਫੜੀਆਂ ਨੇ ਧਮਕੀਆਂ ਮਾਰੀਆਂ ਨੇ ਵੀ ਮਸ਼ੀਨ ਨੂੰ ਥਾਣੇ ਲੈ ਕੇ ਚੱਲਾਂਗੇ ਬੰਦ ਕਰਾਂਗੇ ਕਿਸਾਨੋ ਜੀਰੀ ਵੱਢਣ ਪਿੱਛੇ ਬਣੂਗਾ ਕੀ ਜੇ ਤੁਸੀਂ ਨਾ ਨਿਕਲੇ ਅਸੀਂ 3 ਦਿਨ ਹੋ ਗਏ ਟੂਲ ਪਲਾਜ਼ਾ ਬੰਦ ਕਰੀ ਬੈਠੇ ਹਾਂ ਤੁਸੀਂ ਸੁੱਤੇ ਪਏ ਹੋ ਯਾਰ ਅਸੀਂ ਪਿੰਡਾਂ 'ਚ ਕੂਕਾਂ ਮਾਰ ਰਹੇ ਹਾਂ ਵੀ ਉਹ ਲੋਕਾਂ ਜੀਰੀ ਵੱਢਣ ਨਹੀਂ ਦੇਣੀ ਖਰੀਦਣੀ ਨਹੀਂ ਰੋਲਣਗੇ ਤੁਸੀਂ ਸੁੱਤੇ ਪਏ ਹੋ 500 ਬੰਦਾ ਮਸਾਂ ਆਉਂਦਾ ਟੂਲ ਪਲਾਜ਼ੇ 'ਤੇ ਘਰਾਂ 'ਚੋਂ ਬਾਹਰ ਨਿਕਲਣਾ ਪਊਗਾ ਜੀਰੀ ਵੱਢਣੀ ਹੈ ਜਾਂ ਜੀਰੀ ਵੇਚਣੀ ਹੈ ਨਹੀਂ ਘਰਾਂ 'ਚੋਂ ਕੱਢ ਕੱਢ ਲਿਜਾਣਗੇ ਉਹ ਖੜ੍ਹੇ ਨੇ ਦਬਕੇ ਮਾਰ ਮਾਰ ਕਹਿ ਰਹੇ ਨੇ ਇੱਧਰ ਆਓ ਇੱਧਰ ਭੇਜੋ ਬੰਦੇ ਕੀ ਹੋ ਗਿਆ ਯਾਰ ਜੇ ਮਸ਼ੀਨ ਦੀਆਂ ਚਾਬੀਆਂ ਫੜ ਲਈਆਂ ਸਾਨੂੰ ਫਸਲ ਨਹੀਂ ਵੱਢੀ ਤਾਂ ਵੱਢਣ ਦੇ ਰਹੇ ਫਸਲ ਚਿੱਟਾ ਵੇਚਣ ਵਾਲਾ ਨਹੀਂ ਫੜਿਆ ਜਾਂਦਾ ਸ਼ਰਾਬ ਵੇਚਣ ਵਾਲਾ ਨਹੀਂ ਫੜਿਆ ਜਾਂਦਾ ਭੁੱਕੀ ਵੇਚਣ ਵਾਲਾ ਨਹੀਂ ਫੜਿਆ ਜਾਂਦਾ ਚੋਰੀਓ ਰੇਤਾ ਕੱਢ ਕੇ ਵੇਚਦੇ ਨੇ ਉਹਨਾਂ ਨੂੰ ਨਹੀਂ ਫੜਦੇ ਕਿਹਨੂੰ ਫੜਦੇ ਨੇ ਕਿਸਾਨਾਂ ਨੂੰ ਜਿਹੜੇ ਆਪਦੀ ਜੀਰੀ ਵੱਢ ਰਹੇ ਨੇ ਫਸਲ ਰੋਲੇ ਨਾ ਕਣਕ ਬੀਜਣੀ ਹੈ ਕਣਕ ਬੀਜਣ ਵਾਸਤੇ ਡਾਇਆ ਨਹੀਂ ਉਹ ਸੱਜਣੋ ਘਰਾਂ 'ਚੋਂ ਬਾਹਰ ਨਿਕਲੋ ਏ ਵੱਡੇ ਇਕੱਠ ਲੈ ਕੇ ਆਓ ਜਿਹੜੇ ਟੂਲ ਪਲਾਜ਼ੇ ਬੰਦ ਕਰੀ ਖੜਿਆ ਨਹੀਂ ਕਣਕ ਨਹੀਂ ਛੱਡਣੀ ਢੋਲਾਂ 'ਚੋਂ ਤੁਹਾਨੂੰ ਥਾਣਿਆਂ 'ਚ ਜਿਹੜਾ ਜਾਣਾ ਪਊਗਾ ਜਿਵੇਂ ਹਰਿਆਣੇ ਨੇ ਪੂਰਨ ਤੌਰ 'ਤੇ ਸ਼ਕਤੀ ਨਾਲ ਕਿਹਾ ਵੀ ਪਰਚੇ ਵੀ ਦੇਵਾਂਗੇ ਕਿਸਾਨਾਂ 'ਤੇ ਜੁਰਮਾਨੇ ਵੀ ਕਰਾਂਗੇ 3-3 ਸਾਲ ਫਸਲ ਨਹੀਂ ਵਿਕਣ ਦੇਵਾਂਗੇ ਅਸੀਂ ਇਹ ਕਹਿਣਗੇ ਅਸੀਂ ਭੇਜੇ ਹੋਏ ਨੇ ਰਾਤ ਦਾ ਸਮਾਂ ਹੁਣ ਇਹੋ ਜਿਹੇ ਟਾਈਮ ਤਾਂ ਅਫਸਰ ਛੁੱਟੀ ਦੇ ਵਗ ਜਾਂਦੇ ਨੇ ਇਹ ਹੜ ਹੜ ਕਰਦੇ ਫਿਰਦੇ ਨੇ ਪੁਲਿਸ ਲੈ ਕੇ ਵੀ ਕਿਤੇ ਦੇਖੋ ਜੇ ਕੋਈ ਮਸ਼ੀਨ ਚੱਲਦੀ ਹੈ ਅੱਜ ਮੈਨੂੰ ਦਿਨੇ ਫੋਨ ਆਇਆ ਮਸ਼ੀਨ ਵਾਲੇ ਬਾਈ ਦਾ ਕਿਸੇ ਦਾ ਉਹ ਕਹਿੰਦੇ ਬਾਈ DC ਦਾ ਹੁਕਮ ਹੈ DC ਦਾ ਹੁਕਮ ਤਾਂ ਇਹ ਵੀ ਬਾਈ ਜੀਰੀਏ ਨਾਲ ਵੱਢੀ ਅਸੀਂ ਜੀਰੀਏ ਨਾਲ ਵੇਚੀਏ DC ਹੁਕਮ ਕਰਦਾ ਜੇ 17 ਮੋਚਰ ਹੋਇਆ 18 ਮੋਚਰ ਹੋਇਆ ਜੇ ਜੀਰੀ ਲਾਤੀ ਪਰਚਾ ਹੜਤੀ ਤਾਂ ਦੇਵਾਂਗੇ ਇਹ ਕਿਹੜੇ ਫਰਮਾਨ ਨੇ ਬਾਈ ਇਹ ਤਾਂ ਮੁਗਲਾਂ ਨੇ ਵੀ ਨਹੀਂ ਕਰਿਆ ਯਾਰ ਫਸਲ ਤਾਂ ਇੱਦਾਂ ਉਹਨਾਂ ਨੇ ਬੰਦਿਆਂ 'ਤੇ ਤਾਂ ਕਰੇ ਨੇ ਮੁਗਲਾਂ ਨੇ ਬੰਦਿਆਂ 'ਤੇ ਤਾਂ ਪਾਬੰਦੀਆਂ ਲਾਈਆਂ ਨੇ ਪਰ ਫਸਲਾਂ 'ਤੇ ਨਹੀਂ ਲਾਈਆਂ ਅੰਗਰੇਜ਼ਾਂ ਨੇ ਵੀ ਬੰਦਿਆਂ 'ਤੇ ਪਾਬੰਦੀਆਂ ਲਾਈਆਂ ਨੇ ਫਸਲਾਂ 'ਤੇ ਨਹੀਂ ਲਾਈਆਂ ਆਹ ਖੜ੍ਹੇ ਨੇ ਸਰਕਾਰੀ ਅਧਿਕਾਰੀ ਅਸੀਂ ਸ਼ਾਂਤਮਈ ਤਰੀਕੇ ਨਾਲ ਇਹਨਾਂ ਦਾ ਘਰਾਓ ਕਰਿਆ ਘਰਾਓ ਕਰਕੇ ਰੱਖਾਂਗੇ ਇੱਥੇ ਜਿੰਨਾ ਤੱਕ ਇਹਨਾਂ ਦਾ ਅਧਿਕਾਰੀ ਆ ਕੇ ਮਾਫ਼ੀ ਨਹੀਂ ਮੰਗ ਕੇ ਜਾਂਦਾ ਉਹ ਹੱਦ ਹੋ ਗਈ ਯਾਰ ਪੰਜਾਬ ਦੇ ਲੋਕੋ ਜਾਗੋ ਵੋਟਾਂ ਲੰਘੀਆਂ ਨੇ ਭੁੱਖੇ ਮਾਰਨ ਵਾਲਾ ਸ਼ਬਦ ਹੋਇਆ ਵੋਟਾਂ 'ਚ ਅਸੀਂ ਵੋਟਾਂ ਦੇ ਅਸੀਂ ਕਿਸੇ ਸਰਪੰਚ ਦੇ ਨਾ ਕਿਸੇ ਮੈਂਬਰ ਦੇ ਵਰਕਲਾਪ ਹਾਂ ਕੁਆਂਟਲਾਂ 'ਚ ਨਹੀਂ ਟਰੱਕਾਂ ਦੇ ਟਰੱਕ ਦਾਰੂ ਦੇ ਵਿਕੇ ਨੇ ਕੋਈ ਨਹੀਂ ਫੜਿਆ ਕੌਣ ਗਿਆ ਮਸ਼ੀਨ ਜੀਰੀ ਵੱਢ ਰਹੀ ਹੈ ਪੋਸਤ ਦੀ ਖੇਤੀ ਨਹੀਂ ਬਾਈ ਪੋਸਤ ਦੀ ਖੇਤੀ ਦੀ ਗੱਲ ਨਹੀਂ ਕਰਦੇ ਜੀਰੀ ਦੀ ਗੱਲ ਕਰ ਰਹੇ ਹਾਂ ਜੀਰੀ ਦੀ ਉਹ ਜੀਰੀ ਨਹੀਂ ਵੱਢਣ ਦੇ ਰਹੇ ਦੇਖੋ ਲੋਕੋ ਇਹ ਸਰਕਾਰਾਂ ਆਹ ਜ਼ਮੀਨਾਂ ਖੋਹਣ ਵਾਸਤੇ ਇਹਨਾਂ ਦੀ ਡਿਊਟੀ ਲੱਗੀ ਹੈ ਵੀ ਇੰਨੇ ਪਰੇਸ਼ਾਨ ਕਰ ਲਓ ਕਿਸਾਨਾਂ ਨੂੰ ਇੰਨਾ ਨਾ ਕਰਾ ਦਿਓ ਮਜ਼ਦੂਰ ਵਿਚਾਰੇ ਪੀਪੇ ਖੜਕਾਉਂਦੇ ਫਿਰਦੇ ਨੇ ਮੰਡੀ 'ਚ ਕੋਈ ਉਹਨਾਂ ਦੀ ਗੱਲ ਸੁਣਨ ਵਾਲਾ ਨਹੀਂ ਕੋਈ ਇੱਥੇ ਤੱਕ ਅਸੀਂ ਅੱਜ ਰਾਤ ਦਾ ਸਮਾਂ ਦਿਨੇ ਧਰਨਾ ਸੀਗਾ ਘਰੇ ਜਾ ਰਹੇ ਤੇ ਵੀ ਰੋਟੀ ਖਾਵਾਂਗੇ ਨਾ ਆ ਕੇ ਯਾਰ 2 ਘੰਟੇ ਪੈ ਜਾਵਾਂਗੇ ਨਾ ਭਵਾਨੀਗੜ੍ਹ ਤੋਂ ਫੋਨ ਆਇਆ ਰਾਜਪੁਰ ਵਾਲੇ ਪ੍ਰਧਾਨ ਦਾ ਭਵਾਨੀਗੜ੍ਹ ਤੋਂ ਮੁੜ ਕੇ ਆ ਸੱਜਣੋ ਘਰੋਂ ਬਾਹਰ ਨਿਕਲੋ ਓਏ ਨਹੀਂ ਇਹ ਆਹ ਜ਼ਮੀਨਾਂ ਨੇ ਜਿਹੜੀਆਂ ਸੋਨਾ ਉਗੜਦੀਆਂ ਨੇ ਅਯੋਗ ਅਦਾਰਿਆਂ ਦੇ ਛੱਡੇ ਹੋਏ ਨੇ ਇਹ ਸਰਕਾਰਾਂ ਉਹਨਾਂ ਨੂੰ ਚਲਾਉਂਦੀਆਂ ਨੇ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਹਨੂੰ ਵੀ ਇਹ ਜਿਹੜੇ ਲਾਈਵ ਨੂੰ ਸੁਣ ਰਹੇ ਹੈ ਉਹ ਰਾਜਪੁਰ ਹੈ ਜਿਹੜਾ ਕੱਟ ਹੈ ਹਵੇਲੀ ਦੇ ਲਵੇ ਉੱਥੇ ਪਹੁੰਚੋ ਤੁਹਾਡਾ ਸਾਰਿਆਂ ਦਾ ਧੰਨਵਾਦ ਭਾਰਤੀ ਕਿਸਾਨ ਸਾਡੀਆਂ ਮਸ਼ੀਨਾਂ ਨੂੰ ਗ੍ਰਿਫਤਾਰ ਕਰਨ ਵਾਲੀ ਪੰਜਾਬ ਦੀ ਪੁਲਿਸ ਮੁਰਦਾਬਾਦ ਮਸ਼ੀਨਾਂ ਦੇ ਉੱਤੇ ਚਾਬੀਆਂ ਫੜਨ ਵਾਲੀ ਖੇਤੀਬਾੜੀ ਮਹਿਕਮੇ ਦੇ ਅਫਸਰ ਮੁਰਦਾਬਾਦ ਪੰਜਾਬ ਪੁਲਿਸ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ।